ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਦਰਸ਼ਕਾਂ ਨਾਲ ਸਾਂਝ ਪਵਾਰਿਆ ਅਜੇਹੇ ਸ਼ੂਟਰਜ਼ ਦੀ ਜਿਨ੍ਹਾਂ ਨੂੰ ਕੇ ਸਪਾਰੀ ਮਿਲੀ ਕੈਨੇਡਾ ਤੋਂ ਅਤੇ ਉਹਨਾਂ ਨੇ ਦੋ ਕਤਲ ਕਰ ਦਿੱਤੇ ਉੱਪਰ ਥੱਲੇ ਔਰ ਇਹ ਜਿਹੜੇ ਸ਼ੂਟਰ ਸੀ ਅਣਜਾਣ ਸੀ ਔਰ ਇਹਨਾਂ ਨੇ ਇੰਨਾ ਜਿਆਦਾ ਐਵੀਡੈਂਸ ਜੋ ਪਿੱਛੇ ਛੱਡਿਆ ਡਿਜੀਟਲ ਐਵੀਡੈਂਸ ਜਿਹਨੂੰ ਕਹਿੰਦੇ ਨੇ ਸੀਸੀਟੀ ਵੀ ਕੈਮਰੇ ਦੀਆਂ ਫੋਟੋਆਂ ਔਰ ਦੋਨਾਂ ਕਤਲਾਂ ਵਿੱਚ ਬਹੁਤ ਡਿਜੀਟਲ ਐਵੀਡੈਂਸ ਅਵੇਲੇਬਲ ਹੋ ਗਿਆ ਔਰ ਗੁਆ ਵੀ ਜਿਹੜੇ ਉਹ ਲੱਭ ਗਏ ਔਰ ਜਿਹੜੀ ਕੈਨੇਡਾ ਤੋਂ ਪੇਮੈਂਟ ਆਈ ਹੈ ਵੱਖ-ਵੱਖ ਬੈਂਕਾਂ ਚ ਤੇ ਰਿਸਿਵ ਕੀਤੀ ਗਈ ਹੈ ਉਸ ਦਾ ਵੀ ਸਾਰਾ ਟਰੈਕ ਗਵਾਲੀਅਰ ਦੀ ਪੁਲਿਸ ਨੇ ਪ੍ਰਾਪਤ ਕਰ ਲਿਆ ਇਹ ਜਿਹੜਾ ਕਤਲ ਕੀਤਾ ਇਹਨਾਂ ਨੇ ਜਸਵੰਤ ਸਿੰਘ ਗਿੱਲ ਦਾ ਗਵਾਲੀਅਰ ਵਿੱਚ ਇਸ ਕਤਲ ਦਾ ਵੀ ਕੋਲ ਸੁਪਾਰੀ ਜਿਹੜੀ ਸੀਗੀ ਕਿੰਨੀ ਸੀਗੀ ਉਹਦੀ ਗੱਲ ਅੱਗੇ ਕਰਦੇ ਆ ਇਹਦਾ ਸਾਰਾ ਟਰੈਕ ਡਿਜੀਟਲ ਐਵੀਡੈਂਸ ਗਵਾਲੀਅਰ ਪੁਲਿਸ ਕੋਲ ਪਹੁੰਚ ਗਿਆ ਉਹਨਾਂ ਨੇ ਕਨਫਰਮ ਕਰਤਾ ਕਿ ਜਸਵੰਤ ਸਿੰਘ ਗਿੱਲ ਦਾ ਕਤਲ ਕਰਨ ਵਾਲੇ ਜਿਹੜੇ ਹਨ ਨਵਜੋਤ ਸਿੰਘ ਅਤੇ ਅਮਰਪ੍ਰੀਤ ਸਿੰਘ ਹਨ ਇਸ ਸਾਰੇ ਕਤਲ ਤੇ ਇਸ ਤੋਂ ਪਹਿਲੇ ਕੀਤੇ ਕਤਲਾਂ ਦੀਆਂ ਮੈਂ ਪੜਤਾਂ ਖੋਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਇਹ ਬੜਾ ਵੱਡਾ ਕ੍ਰਿਮੀਨਲ ਕੇਸ ਹੈ ਇੰਟਰਨੈਸ਼ਨਲ ਇਹ ਗੈਂਗ ਨੇ ਕਰਵਾਇਆ ਹੈ ਗੈਂਗਸਟਰ ਨੇ ਕਰਵਾਇਆ ਇਸ ਤੋਂ ਪਹਿਲੇ ਇਸ ਤੇ ਮੈਂ ਅਗਲੀਆਂ ਪੜਤਾਂ ਲਾਵਾ ਤੇ ਤੁਹਾਡੇ ਨਾਲ ਸਾਂਝ ਪਾਵਾਂ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਜੇਕਰ ਹੁਣ ਤੱਕ ਤੁਸੀਂ ਇਸ ਚੈਨਲ ਨੂੰ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਸ ਦੀ ਬੈਲ ਆਈਕਨ ਇਸ ਦੀ ਘੰਟੀ ਵਜਾਓਗੇ ਤਾਂ ਸਭ ਤੋਂ ਪਹਿਲੇ ਕਮਿਊਨੀਕੇਸ਼ਨ ਸਨੇਹਾ ਤੁਹਾਡੇ ਤੱਕ ਪਹੁੰਚੇਗਾ ਕਿ ਨਵੀਂ ਵੀਡੀਓ ਜਿਹੜੀ ਅਸੀਂ ਲੋਡ ਕੀਤੀ ਹੈ ਅਤੇ ਇਸ ਨੂੰ ਲਾਈਕ ਵੀ ਕਰੋ ਮੇਰੀ ਇਹ ਵੀ ਗੁਜਾਰਸ਼ ਹੈ ਕਿ ਸਾਡੀ ਮਦਦ ਕਰੋਗੇ ਜੇਕਰ ਤੁਸੀਂ ਇਹਨੂੰ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰ ਦੋਸਤਾਂ ਅਤੇ ਉਸ ਤੋਂ ਇਲਾਵਾ ਹੋਰ ਗਰੁੱਪਾਂ ਵਿੱਚ ਪਾ ਕੇ ਇਸ ਨੂੰ ਸ਼ੇਅਰ ਕਰੋਗੇ ਇਸ ਨਾਲ ਤੁਸੀਂ ਸਾਡੀ ਜਿਹੜੀ ਇਹ ਮਦਦ ਕਰ ਸਕੋ ਹੁਣ ਮੈਂ ਗੱਲ ਕਰਦਾ ਕਿ ਵੀ ਨਵਜੋਤ ਸਿੰਘ ਤੇ ਅਮਰ ਪ੍ਰੀਤ ਸਿੰਘ ਇਹਨਾਂ ਦੀ ਉਮਰ ਕੋਈ 25 ਤੇ 27 ਸਾਲ ਦੱਸੀ ਜਾਂਦੀ ਹੈ ਸੋ ਇਹ ਜਿਹੜੇ ਇਹਨਾਂ ਨੇ ਬਰਨਾਲੇ ਦੇ ਨੇੜੇ ਭਦੋੜ ਦੇ ਰਹਿਣ ਵਾਲੇ ਉਥੋਂ ਘਰੋਂ ਹੀ ਇਹਨਾਂ ਨੂੰ ਫੜਿਆ ਪੁਲਿਸ ਨੇ ਇਹਨਾਂ ਚੋਂ ਇੱਕ ਦੇ ਭਰਾ ਨੂੰ ਵੀ ਫੜ ਲਿਆ ਜਿਨੇ ਪੇਮੈਂਟ ਕੈਨੇਡਾ ਤੋਂ ਰਿਸੀਵ ਕੀਤੀ ਸੀ ਜਿਹੜੀ ਗੱਲ ਅਸੀਂ ਅੱਜ ਦੱਸ ਰਹੇ ਹਾਂ ਇਹ ਹੈ ਗਵਾਲੀਅਰ ਕਿਲਿੰਗ ਵਿੱਚ ਇਹਨਾਂ ਦਾ ਫੜਿਆ ਜਾਣਾ ਔਰ ਗਵਾਲੀਅਰ ਪੁਲਿਸ ਨੇ ਬੜੀ ਮਿਹਨਤ ਨਾਲ हिम्मत ਨਾਲ ਸਾਰੀ ਇਨਵੈਸਟੀਗੇਸ਼ਨ ਕਰਕੇ ਥੋੜੇ ਜਿ ਦਿਨਾਂ 'ਚ ਹੀ ਜਾਨੀ ਕਤਲ ਹੁੰਦਾ ਹੈ 7 ਨਵੰਬਰ ਨੂੰ ਤੇ 12 ਨਵੰਬਰ ਜਾਨੀ 5 ਦਿਨ ਵੀ ਨਹੀਂ ਪੂਰੇ ਹੋਏ ਕਿ ਸਾਰਾ ਕੇਸ ਸਟ੍ਰੈਸ ਕਰ ਲਿਆ ਉਹਨਾਂ ਨੇ ਸੀਸੀਟੀਵੀ ਕੈਮਰੇ ਦੀਆਂ ਵੀਡੀਓ ਵੀ ਮਿਲ ਗਈਆਂ ਜੇ ਕਤਲ ਕੀਤਾ ਸੀ ਉਥੇ ਲੱਗੀਆਂ ਹੋਈਆਂ ਸੀ ਉਹਦੇ ਵਿੱਚ ਇਹਨਾਂ ਦੋਨਾਂ ਦੀਆਂ ਸ਼ਕਲਾਂ ਵੀ ਆ ਗਈਆਂ ਇਸ ਤੋਂ ਇਲਾਵਾ ਉਹ ਟੋਕਨਪੁਰ ਜਾਨੀ ਗਵਾਲੀਅਰ ਦੇ ਨੇੜੇ ਇੱਕ ਹੋਟਲ 'ਚ ਉਹਨਾਂ ਨੇ ਸਟੇ ਕੀਤਾ ਉੱਥੇ ਉਹਨਾਂ ਨੇ ਆਪਣਾ ਹਾਜ਼ਾਰਡ ਕਾਰਡ ਦਰਜ ਕਰਾਇਆ ਜਿਸ ਤੋਂ ਉਹਨਾਂ ਦਾ ਸਾਰਾ ਐਡਰੈਸ ਵੀ ਮਿਲ ਗਿਆ ਸਭ ਕੁਝ ਮਿਲ ਗਿਆ ਔਰ ਉਸ ਤੋਂ ਇਲਾਵਾ ਜੋ ਇੱਕ ਕਤਲ ਕੀਤਾ ਇਸ ਦੀ ਜੋ ਸੁਪਾਰੀ ਇਹਨਾਂ ਨੇ ਇਨਟੈਰੋਗੇਸ਼ਨ 'ਚ ਦੱਸੀ ਕਿ ਉਹਨਾਂ ਨੂੰ 2 ਲੱਖ 50000 ਰੁਪਏ ਦੀ ਸੁਪਾਰੀ ਦਿੱਤੀ ਸੀ ਜਾਨੀ ਕਿ ਸੁਪਾਰੀ ਦੇਣ ਵਾਲਾ ਕੌਣ ਸੀ ਜਸਵੰਤ ਸਿੰਘ ਗਿੱਲ ਦਾ ਮਟਰਨਲ ਅੰਕਲ ਦਾ ਬੇਟਾ ਜਾਨੀ ਕਿ ਉਸ ਤੋਂ ਦੇ ਕੈਨੇਡਾ ਤੋਂ ਉਹਨਾਂ ਨੇ ਹਰਸ਼ਦੀਪ ਸਿੰਘ ਗਿੱਲ ਐਲੀਅਸ ਹਰਸ਼ ਦੱਲਾ ਉਸ ਨੂੰ ਕੈਨੇਡਾ ਵਿੱਚ ਉਹਨਾਂ ਨੇ ਪੇਮੈਂਟ ਕੀਤੀ ਅਤੇ ਉਸ ਨੇ ਕਿੰਨੇ ਪੈਸੇ ਰੱਖੇ ਨਾ ਤੇ ਕਿੰਨੇ ਇਹਨਾਂ ਨੂੰ ਦਿੱਤੇ ਇਸ ਬਾਰੇ ਹਲੇ ਕੋਈ ਚਰਚਾ ਨਹੀਂ ਪਤਾ ਲੱਗ ਸਕੀ ਉਹਦਾ ਕਾਰਨ ਇਹ ਹੈ ਕਿ ਕਿਉਂਕਿ ਇਹ ਇਨਵੈਸ ਇਹਨਾਂ ਜਿਹੜੇ ਜੋ ਨੌਜਵਾਨ ਨਵੇਂ-ਨਵੇਂ ਸ਼ੂਟਰ ਬਣੇ ਸੀ ਇਹ ਬੜੇ ਬੇਸਮਝ ਤੇ ਹੈਗੇ ਕ੍ਰਿਮੀਨਲ ਐ ਚਲੋ ਪਰ ਇਹ ਭੋਲੇ ਜੇ ਬੜੀ ਥੋੜੀ ਇਹਨਾਂ ਨੂੰ ਕ੍ਰਾਈਮ ਵਰਡ ਦੀ ਜਾਣਕਾਰੀ ਸੀ ਸੈਂਸ ਸੀ ਕਿ ਕ੍ਰਾਈਮ ਦੀ ਦੁਨੀਆ ਚ ਕਿਵੇਂ ਕੰਮ ਕਰੀਦਾ ਇਹਦਾ ਇਹਨਾਂ ਕੋਲ ਕੋਈ ਅਨੁਭਵ ਨਹੀਂ ਸੀ ਇਸ ਕਰਕੇ ਦੋਨਾਂ ਕਤਲ ਕੇਸਾਂ ਵਿੱਚ ਜਿਹੜਾ ਇਹਨਾਂ ਨੇ ਗੁਰਪ੍ਰੀਤ ਸਿੰਘ ਹਰੀਨੋਕ ਕੇ ਦਾ ਕੀਤਾ ਉਹਦਾ ਉਹਦੇ ਪਿੰਡ ਚ ਕੀਤਾ ਅਤੇ ਇਹ ਜੋ ਗਵਾਲੀਅਰ ਆ ਕੇ ਕੀਤਾ ਇਹਦੇ ਵਿੱਚ ਇੰਨਾ ਐਵੀਡੈਂਸ ਛੱਡਤਾ ਡਿਜੀਨਲ ਵੀ ਔਰ ਬੈਂਕਾਂ ਦੀਆਂ ट्रांजੈਕਸ਼ਨ ਵੀ ਔਰ ਉਸ ਤੋਂ ਇਲਾਵਾ ਇੱਥੇ ਤੁਹਾਨੂੰ ਗਵਾਲੀਅਰ ਵਾਲੇ ਕੇਸ ਦੀ ਬੜੀ ਮਹੱਤਵਪੂਰਨ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਇਹ ਹੋਇਆ ਕਿ ਗਵਾਲੀਅਰ ਤੋਂ ਜਿਹੜੀ ਟੈਕਸੀ ਕੀਤੀ ਗਈ ਮੋਹਲੀ ਤੱਕ ਚੰਡੀਗੜ੍ਹ ਤੱਕ ਕਹਿ ਲੈਣੇ ਚੰਡੀਗੜ੍ਹ ਦੇ ਨਾਲ ਹੀ ਲੱਗਦਾ ਮੋਹਲੀ 600 ਕਿਲੋਮੀਟਰ ਰੋ ਟੈਕਸੀ ਆਈ ਗਵਾਲੀਅਰ ਤੋਂ ਜਿੱਦੇ ਚ ਭੱਜ ਕੇ ਆਏ ਔਰ ਉਹ ਲਗਜ਼ਰੀ ਟੈਕਸੀ ਕੀਤੀ ਉਹਦੀ ਪੇਮੈਂਟ ਆਨਲਾਈਨ ਕੈਨੇਡਾ ਤੋਂ ਹੋਈ ਗੁਵਾਲੀਅਰ ਪੁਲਿਸ ਨੇ ਜਿਹੜੇ ਰਸਤੇ ਤੇ ਲਗਜ਼ਰੀ ਟੈਕਸੀ ਲੈ ਕੇ ਇਹਨਾਂ ਦੋਨਾਂ ਨੂੰ ਮੋਹਾਲੀ ਪਹੁੰਚੀ ਨਵਜੋਤ ਸਿੰਘ ਤੇ ਉਮਰਪ੍ਰੀਤ ਸਿੰਘ ਨੂੰ ਉਸ ਟ੍ਰਕਟੀ ਦੇ ਰਸਤੇ 'ਚ ਜਿੰਨੇ ਵੀ ਟੋਲ ਪਲਾਜ਼ਿਆਂ 'ਚ ਉਸ ਗੱਡੀ ਦੇ ਨੰਬਰ ਦੇ ਕੱਟੇ ਗਏ ਟੈਕਸ ਟੋਲ ਟੈਕਸ ਉਹਦੀਆਂ ਰਸੀਦਾਂ ਵੀ ਲੈ ਲਈਆਂ ਪੁਲਿਸ ਨੇ ਔਰ ਉਹਨਾਂ ਟੋਲ ਪਲਾਜ਼ਿਆਂ ਦੇ ਵਿੱਚੋਂ ਵੀ ਉਹਨਾਂ ਨੇ ਸੀਸੀ ਟੀਵੀ ਕੈਮਰਿਆਂ ਦੀਆਂ ਕਲਿੱਪਿੰਗ ਐਵੀਡੈਂਸ ਲਈ ਆਪਣੇ ਕਬਜ਼ੇ 'ਚ ਕਰ ਲੀਆਂ ਜਿਹੜੀਆਂ ਰਹਿ ਗਈਆਂ ਨੇ ਉਹ ਇੱਕ ਦੋ ਦਿਨਾਂ 'ਚ ਕਬਜ਼ੇ 'ਚ ਹੋ ਜਾਣਗੀਆਂ ਬੜਾ ਲੰਬਾ ਰੂਟ ਹੈ 600 ਕਿਲੋਮੀਟਰ ਦਾ ਉਸਤੇ ਪੁਲਿਸ ਜਿਹੜੀ ਗਵਾਲੀਅਰ ਦੀ ਏ ਉਹ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਟੈਕਸੀ ਦਾ ਡਰਾਈਵਰ ਹੈ ਉਹਨੂੰ ਪੁਲਿਸ ਨੇ ਫੜ ਲਿਆ ਤੇ ਪੁਲਿਸ ਨੂੰ ਟੈਕਸੀ ਦੇ ਡਰਾਈਵਰ ਨੇ ਸਾਰੀ ਗੱਲਬਾਤ ਦੱਸ ਦਿੱਤੀ ਦੱਸਣੀ ਹੋਈ ਸੀ ਕਿਉਂਕਿ ਉਹ ਤੇ ਗਵਾਲੀਅਰ ਦਾ ਹੈ ਉਸ ਦਾ ਤੇ ਇਸ ਕ੍ਰਾਈਮ ਨਾਲ ਕੋਈ ਸਬੰਧ ਨਹੀਂ ਉਹਨੇ ਤਾਂ ਕੇਵਲ ਤੇ ਕੇਵਲ ਸਵਾਰੀਆਂ ਤੋਂ ਪੈਸੇ ਲੈ ਕੇ ਤੋਂ ਸਵਾਰੀਆਂ ਨੂੰ ਉਹਨਾਂ ਦੇ ਟਿਕਾਣੇ ਲਾ ਦਿੱਤਾ ਪਰ ਪੁਲਿਸ ਨੇ ਹਲੇ ਤੱਕ ਉਸ ਡਰਾਈਵਰ ਨੂੰ ਵੀ ਨਹੀਂ ਛੱਡਿਆ ਕਿਉਂਕਿ ਉਹ ਇਹ ਦੇਖ ਰਹੇ ਨੇ ਕਿ ਡਰਾਈਵਰ ਦਾਤੇ ਕੋਈ ਇਸ ਕੌਨਸਪਰੇਸੀ ਵਿੱਚ ਸਾਰੀ ਵਿੱਚ ਕੋਈ ਹਿੱਸਾ ਤੇ ਨਹੀਂ ਇਹ ਡਰਾਈਵਰ ਕਿਉਂ ਕੀਤਾ ਗਿਆ ਲਗਜ਼ਰੀ ਕਾਰ ਦਾ ਇਹਨੂੰ ਕਿਸ ਤਰ੍ਹਾਂ ਕੈਨੇਡਾ ਤੋਂ ਸਿੱਧੀ ਪੇਮੈਂਟ ਹੋ ਗਈ ਸੋ ਇਹ ਜੋ ਸਾਰਾ ਐਵੀਡੈਂਸ ਗਵਾਲੀਅਰ ਦੇ ਐਸਪੀ ਸੁਪਰੀਟੈਂਡੈਂਟ ਆਫ ਪੁਲਿਸ ਧਰਮਵੀਰ ਸਿੰਘ ਨੇ ਦੱਸਿਆ ਇਹ ਸਾਰੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਫੈਕਟਸ ਔਰ ਇਸ ਕਤਲ ਦੀ ਕਹਾਣੀ ਤੇ ਇਹ ਕਤਲ ਫੜਿਆ ਕਿਵੇਂ ਗਿਆ ਇਹ ਸਾਰੀ ਗੱਲ ਮੈਂ ਤੁਹਾਨੂੰ ਜੋ ਐਸਪੀ ਧਰਮਵੀਰ ਸਿੰਘ ਮੁਰਾ ਨੇ ਦੱਸੀ ਹੈ ਉਹਦੇ ਮੁਤਾਬਕ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਜਿੱਥੇ ਉਹਨਾਂ ਨੂੰ ਛੱਡ ਕੇ ਗਿਆ ਸੀ ਲਗਜ਼ਰੀ ਟੈਕਸੀ ਦਾ ਡਰਾਈਵਰ ਗਵਾਲੀਅਰ ਤੋਂ ਉੱਥੋਂ ਹੀ ਪੰਜਾਬ ਪੁਲਿਸ ਨੇ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਸੋ ਐਡਾ ਸੌਖਾ ਯਾਨੀ ਜਿਹੜਾ ਪਹਿਲਾ ਕਤਲ ਹੈ ਉਹ 9 ਅਕਤੂਬਰ ਨੂੰ ਹੋਇਆ ਦੂਜਾ ਕਤਲ ਜਿਹੜਾ ਹੈ ਉਹ 7 ਨਵੰਬਰ ਨੂੰ ਹੋਇਆ ਔਰ ਤੁਸੀਂ ਹੈਰਾਨ ਹੋ ਮੋਗੇ ਕਿ 11 ਨਵੰਬਰ ਨੂੰ ਉਹਨਾਂ ਦੀ ਅਰੈਸਟ ਵੀ ਹੋ ਗਈ ਉਹਨਾਂ ਨੇ ਆਪਣੇ ਕਤਲ ਵੀ ਮੰਨ ਲਏ ਉਹਨਾਂ ਨੇ ਸਾਰੇ ਭੇਦ ਖੋਲ ਦਿੱਤੇ ਕਿ ਉਹਨਾਂ ਨੂੰ ਸਪਾਰੀ ਕਿੰਨੇ ਦਿੱਤੀ ਉਹ ਕਿਵੇਂ ਆਏ ਕਿਵੇਂ ਕੰਟੈਕਟ ਚ ਆਏ ਦੱਲੇ ਸੋ ਸਾਰੇ ਭੇਦ ਖੋਲ ਦਿੱਤੇ ਸੋ ਇਹਨਾਂ ਨੇ ਅਰਸ਼ਦੀਪ ਸਿੰਘ ਗਿਲ ਏਲੀਅਸ ਅਰਸ਼ ਦੱਲੇ ਦੀਆਂ ਜਿਹੜੀਆਂ ਮੁਸੀਬਤਾਂ ਉਹ ਹੋਰ ਵੱਧ ਗਈਆਂ ਕਿਉਂਕਿ ਇਹ ਕਤਲਾਂ ਵਿੱਚ ਉਸ ਨੂੰ ਐਕਸਟਰੈਡੀਸ਼ਨ ਵੀ ਉਹਦੀ ਕੀਤੀ ਜਾ ਸਕਦੀ ਏ ਐਕਸਟਰੈਡੀਸ਼ਨ ਲੰਮਾ ਪ੍ਰੋਸੈਸ ਹੈ ਇੰਨਾ ਸੌਖਾ ਹੁੰਦਾ ਨਹੀਂ ਪਰ ਮੈਂ ਤੁਹਾਨੂੰ ਇੱਕ ਹੋਰ ਜੋ ਗੱਲ ਦੱਸਣ ਜਾ ਰਿਹਾ ਕਿ ਅਰਸ਼ ਦੱਲੇ ਤੇ ਕੋਈ ਸਟਾਰਟ ਐਫ ਆਈ ਆਰ ਇੰਡੀਆ ਚ ਦਰਜਨ ਪੰਜਾਬ ਜੀ ਔਰ ਪੰਜਾਬ ਦੇ 14 ਜ਼ਿਲ੍ਹਿਆਂ ਚ ਦਰਦ ਸੋ ਤੁਸੀਂ ਕਹਿ ਸਕਦੇ ਹੋ ਕਿ ਹਰ ਦੂਜੇ ਦੇਸ਼ਕ ਵਿੱਚ ਉਹਦੇ ਤੇ ਕੋਈ ਨਾ ਕੋਈ ਕੇਸ ਦਰਜ ਹੋ ਗਿਆ ਹੁਣ ਤੇ ਗੁਆਲਿਆਰਜ ਵੀ ਹੋ ਗਿਆ ਕਿਉਂਕਿ ਜਿਹੜੀ ਸਪਾਰੀ ਆਈ ਹੈ ਜੋ ਕਨਸਪਰੇਸੀ ਹੋਈ ਹੈ ਕੈਨੇਡਾ ਤੋਂ ਜਿਹੜਾ ਕਿ ਜਸਵੰਤ ਸਿੰਘ ਗਿੱਲ ਜੋ ਕਿ ਜੇਲ੍ਹ 'ਚ ਪਹਿਲੇ ਕਤਲ ਕੇ ਸੀਗਾ ਅਤੇ ਉਹ ਪੈਰੋਲ ਤੇ ਥੋੜੇ ਥੋੜੇ ਸਮੇਂ ਬਾਅਦ ਆਂਦਾ ਸੀ ਉਹਦਾ ਦੱਸਿਆ ਜਾਂਦਾ ਹੈ ਕਿ ਜੇਲ੍ਹ ਵਿੱਚ ਬਿਹੇਵੀਅਰ ਉਹਦਾ ਅੱਛਾ ਕੰਡਕਟ ਅੱਛਾ ਹੈ ਇਸ ਲਈ ਉਸ ਦੀ ਜੇਲਰ ਵੀ ਪੈਰੋਲ 15 ਦਿਨ ਦੀ ਮਹੀਨੇ ਦੀ 2 ਮਹੀਨੇ ਦੀ ਰეკਮੈਂਡ ਕਰ ਦੇਂਦਾ ਸੀ ਇੱਥੇ ਜਿਹੜਾ ਇੱਕ ਹੋਰ ਤੱਥ ਐਸ ਐਸ ਐਸਪੀ ਗਵਾਲੀਅਰ ਦੇ ਧਰਮਵੀਰ ਸਿੰਘ ਹੋਰਾਂ ਨੇ ਦੱਸਿਆ ਕਿ 6 ਕੁ ਮਹੀਨੇ ਪਹਿਲੇ ਜਿਨ੍ਹਾਂ ਨੇ ਜਸਵੰਤ ਸਿੰਘ ਗਿੱਲ ਦਾ ਕਤਲ ਕਰਾਇਆ ਜਿਹੜਾ ਪ੍ਰੋਲ ਤੇ ਸੀ ਉਹਦੇ ਰਿਸ਼ਤੇਦਾਰ ਹੋ ਕੇ ਗਏ ਉਹ ਵੀ ਗਿੱਲਨ ਉਹ ਹੋ ਕੇ ਗਏ ਇੱਥੇ ਗਵਾਲੀਅਰ ਅਤੇ ਇਥੋਂ ਉਹਨਾਂ ਨੂੰ ਪਤਾ ਲੱਗਾ ਕਿ ਵੀ ਉਹ ਤਾਂ ਬਾਰ-ਬਾਰ ਪ੍ਰੋਲ ਤੇ ਬਾਹਰ ਆਂਦਾ ਉਹਨਾਂ ਨੇ ਫਿਰ ਇਹ ਠਾਣੀ ਕਿ ਵੀ ਇਸ ਦਾ ਕਤਲ ਵੀ ਕਰਵਾਇਆ ਜਾਏ ਅਤੇ ਉਸ ਕਤਲ ਨੂੰ ਕਰਾਣ ਲਈ ਉਹਨਾਂ ਨੇ ਅਰਸ਼ਦੀਪ ਸਿੰਘ ਗਿੱਲ ਏਰੀਆ ਅਰਸ਼ ਦੱਲਾ ਉਸ ਨੂੰ ਪੈਸੇ ਦਿੱਤੇ ਅਤੇ ਉਸ ਨੇ ਪੈਸੇ ਲੈ ਕੇ ਇਹ ਜੋ ਭੋਲੇ ਸ਼ੂਟਰ ਸੀ ਜਿਨ੍ਹਾਂ ਨੂੰ ਹਲੇ ਬਹੁਤਾ ਕ੍ਰਾਈਮ ਦੁਨੀਆ ਦਾ ਜਾਣਕਾਰੀ ਨਹੀਂ ਸੀ ਉਸ ਤੋਂ ਵਾਕਿਬ ਨਹੀਂ ਸੀ ਉਹਨਾਂ ਨੇ ਤੇ ਸੋਚਿਆ ਵੀ ਐ ਕਤਲ ਕਰੋ ਤੇ ਭੱਜ ਕੇ ਆ ਜਾਓ ਤੇ ਕੋਈ ਉਹਨਾਂ ਨੂੰ ਲੱਭ ਨਹੀਂ ਸਕਦਾ ਪਰ ਜਿਆ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਇਨਾ ਐਵੀਡੈਂਸ ਛੱਡਤਾ ਕਿ ਗਵਾਲੀਅਰ ਵਾਲੇ ਕੇਸ ਵਿੱਚ ਤਾਂ ਟੈਕਸੀ ਡਰਾਈਵਰੀ ਉਹਨਾਂ ਦਾ ਜਿਹੜਾ ਉਹ ਗਵਾਹ ਹੈ ਪੁਲਿਸ ਦਾ ਗਵਾਹ ਹੈ ਕਿਉਂਕਿ ਉਸਨੇ ਟੈਕਸੀ ਚਲਾਈ ਹੈ ਉੱਥੇ ਰਹਿਣਾ ਇਸ ਕਰਕੇ ਦੇਖਿਆ ਜਾਏਗਾ ਕਿ ਕਚਹਿਰੀ ਤੱਕ ਉਹ ਖੜਦਾ ਹੈ ਕਿ ਨਹੀਂ ਖੜਦਾ ਪਰ ਹੁਣ ਤਾਂ ਐਵੇਂ ਲੱਗ ਰਿਹਾ ਜਿਵੇਂ ਕੇਸ ਬੜਾ ਫੂਲ ਪ੍ਰੂਫ ਹੈ ਕਿਉਂਕਿ ਗਵਾਲੀਅਰ ਜਿੱਥੇ ਉਹਨਾਂ ਨੇ ਕਤਲ ਕੀਤਾ ਜੈਸਵੰਤ ਸਿੰਘ ਦਾ ਉਹਦੀਆਂ ਸੀਸੀਟੀਵੀ ਕੈਮਰਾ ਫਿਲਮਾਂ ਵੀ ਲੈ ਲਈਆਂ ਪੁਲਿਸ ਨੇ ਸੋ ਪੁਲਿਸ ਨੇ ਬੜੀ ਕੌਨਫੀਡੈਂਟ ਹੈ ਕਿ ਉਹਨਾਂ ਨੇ ਬੜੇ ਥੋੜੇ ਸਮੇਂ 'ਚ ਇਹ ਜਿਹੜਾ ਕਤਲ ਸੀ ਉਸ ਨੂੰ ਲੱਭ ਲਿਆ ਔਰ ਕਤਲ ਦੇ ਜਿਹੜੇ ਦੋ ਅਪਰਾਧੀ ਹਨ ਉਹਨਾਂ ਨੂੰ ਵੀ ਉਹਨਾਂ ਨੂੰ ਜਲਦੀ ਪ੍ਰਾਪਤ ਹੋ ਜਾਣਾ ਹੈ ਨਵਜੋਤ ਸਿੰਘ ਤੇ ਅਮਨਪ੍ਰੀਤ ਸਿੰਘ ਕਿਉਂਕਿ ਪੰਜਾਬ ਪੁਲਿਸ ਦੀ ਇੱਕ ਸਟੱਡੀ ਚੰਨ ਉਹਨਾਂ ਦੀ ਪੰਜਾਬ ਪੁਲਿਸ ਨਾਲ ਗੱਲਬਾਤ ਵੀ ਹੋ ਗਈ ਹੈ ਉਹਨਾਂ ਨੇ ਇੱਕ ਦੂਜੇ ਨੂੰ ਪੂਰਾ ਦੋਨਾਂ ਕੇਸਾਂ ਬਾਰੇ ਜੋ ਵੇਰਵੇ ਇਨਵੈਸਟੀਗੇਟ ਕੀਤੇ ਦੋਨਾਂ ਪੁਲਿਸਾਂ ਨੇ ਆਪੋ ਚ ਇਹ ਪਤਾ ਲੱਗਾ ਉਹ ਵੀ ਐਕਸਚੇਂਜ ਕਰ ਲਏ ਅਤੇ ਹੁਣ ਤਾਂ ਸਿਰਫ ਗੱਲ ਫੂਲ ਪ੍ਰੂਫ ਕੇਸ ਬਣਾ ਕੇ ਇਹਨਾਂ ਦੋਨਾਂ ਕੇਸਾਂ ਚ ਉਹਨਾਂ ਨੂੰ ਅੰਦਰ ਕਰਾਉਣ ਦੀ ਗੱਲ ਹੈ ਸੋ ਏ ਸੀ ਜੋ ਕਤਲ ਹੋਇਆ ਗਵਾਲੀਅਰ ਚ ਅਤੇ ਜੋ ਕਤਲ ਹੋਇਆ ਗੁਰੂ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਸੋ ਇਹਨਾਂ ਦੋਨਾਂ ਕੇਸਾਂ ਚ ਜਿਹੜੇ ਇਹ ਫੜੇ ਗਏ ਨੇ ਤਿੰਨ ਬੰਦੇ ਔਰ ਹਲੇ ਤੱਕ ਪੁਲਿਸ ਜਿਹੜੀ ਪੰਜਾਬ ਦੀ ਏ ਜਾਂ ਗਵਾਲੀਅਰ ਦੀ ਉਹਨਾਂ ਨੇ ਅਜੇ ਹੀ ਕੋਈ ਗੱਲ ਨਹੀਂ ਦੱਸੀ ਕਿ ਇਸ ਕੇਸ ਵਿੱਚ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਮੁੱਖੀ ਵਾਰਿਸ ਪੰਜਾਬ ਦੇ ਦਾ ਕੀ ਕੋਈ ਹੱਥ ਹੈ ਕਿਉਂਕਿ ਜਿਹੜੀਆਂ ਪੰਜਾਬ 'ਚ ਖਬਰਾਂ ਛਪੀਆਂ ਸੀ ਉਹਨਾਂ ਵਿੱਚ ਉਸ ਦਾ ਨਾਂ ਆਇਆ ਗੁਰਪ੍ਰੀਤ ਸਿੰਘ ਹਰੀ ਨੋ ਨੂੰ ਕਤਲ ਕਰਾਂਜ ਕਿਉਂਕਿ ਇਹ ਜਿਹੜਾ ਹਰੀ ਨੋ ਹੈ ਇਹ ਜਦੋਂ ਦੁਬਈ ਵਿੱਚ ਸੀ ਅਮਰਪਾਲ ਸਿੰਘ ਤਾਂ ਇਹ ਕੱਠੇ ਰਹਿੰਦੇ ਸੀ ਕਈ ਕੰਮ ਕੱਠੇ ਕੀਤੇ ਹੋਣੇ ਜਿਹੜੇ ਭੇਜ ਹੋਣੇ ਨੇ ਦੇ ਕੋਲ ਉਹਨਾਂ ਨੇ ਸੋਚਿਆ ਕਿ ਇਹਨਾਂ ਦੀ ਹੋਂਦ ਕਿਉਂਕਿ ਵਿਗੜ ਗਈ ਸੀ ਇਹ ਦੋਸਤ ਹੁੰਦੇ ਸੀ ਉਹਨਾਂ ਦੀ ਵਿਗੜ ਗਈ ਤਾਂ ਹੁਣ ਇਹ ਦੋਸ਼ ਲਾਇਆ ਜਾਂਦਾ ਕਿ ਉਹਨਾਂ ਨੂੰ ਖਤਰਾ ਸੀ ਕਿ ਉਹਨਾਂ ਦੇ ਦੁਬਈ ਦੇ ਸਾਰੇ ਸੀਕਰਟ ਜਿਹੜੇ ਉਹ ਪੰਜਾਬ ਦੇ ਲੋਕਾਂ ਨਾਲ ਸਾਂਝੇ ਕਰੇਗਾ ਜਿਸ ਨਾਲ ਕਿ ਅਮਰਤਪਾਲ ਸਿੰਘ ਦੇ ਜਿਹੜਾ ਇਮਪ੍ਰੈਸ਼ਨ ਹੈ ਉਸ ਦਾ ਜਿਹੜਾ ਇੰਨਾ ਉੱਚਾ ਗੱਲ ਹੈ ਪੰਜਾਬ ਦੇ ਲੋਕਾਂ ਤੇ ਖਾਸ ਕਰਕੇ ਸਿੱਖਾਂ ਦੇ ਸ਼ਾਮ ਦੇਸ਼ਾਂ ਉਸ ਨੂੰ ਬੜੀ ਥੇਸ ਪਹੁੰਚੇਗੀ ਇਹ ਮਜ ਖਰਾਬ ਹੋਏਗਾ ਇਸ ਕਰਕੇ ਕਿਹਾ ਜਾਂਦਾ ਸੀ ਕਿ ਵੀ ਇਹਨਾਂ ਨੇ ਕਰਾਇਆ ਪਰ ਹਲੇ ਤੱਕ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਏ ਪਰ ਐਫ ਆਈ ਆਰ ਵਿੱਚ ਜਿਹੜੀ ਕਿ ਪੰਜਾਬ ਵਿੱਚ ਰਜਿਸਟਰ ਕੀਤੀ ਗਈ ਹੈ ਉਸ ਵਿੱਚ ਉਸ ਦਾ ਨਾਮ ਵੀ ਦਰਜ ਹੈ ਇੱਥੇ ਹੁਣ ਅਸੀਂ ਆਪਣੀ ਅੱਜ ਦੀ ਵੀਡੀਓ ਸਮਾਪਤ ਕਰਦੇ ਹਾਂ ਮੈਂ ਇਸ ਸਮਾਪਤੀ ਤੋਂ ਪਹਿਲੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹਨਾ ਕਿ ਇਸ ਵੀਡੀਓ ਵਿੱਚ ਅਸੀਂ ਜੋ ਬਹੁਤ ਸਾਰੇ ਗਵਾਲੀਅਰ ਵਾਲੇ ਤੱਥਲੇ ਹਨ ਉਹ ਅਸੀਂ ਗਵਾਲੀਅਰ ਤੋਂ ਆਈ ਹੋਈ ਟਾਈਮਜ਼ ਆਫ ਇੰਡੀਆ ਚ छपी ਖਬਰ ਦੇ ਵਿੱਚੋਂ ਵਿਲੇ ਹਨ ਕੁਝ ਸਾਡੇ ਆਪਣੇ ਇਨਵੈਸਟਿਗੇਟ ਕੀਤੇ ਹੋਏ ਵੀ ਹਨ ਤਾਂ ਇਸ ਚਰਚਾ ਨੂੰ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਇਹ ਕ੍ਰਾਈਮ ਸਟੋਰੀ ਜਿੱਦਿਆਂ ਕੇ ਇੰਟਰਨੈਸ਼ਨਲ ਡਾਈਮੈਂਸ਼ਨ ਹਨ ਇਸ ਦੀਆਂ ਜਿਹੜੇ ਤੁਸੀਂ ਦੇਖ ਰਹੇ ਹੋ ਤੰਨਾ ਜਾ ਜੁੜਦੀਆਂ ਕੈਨੇਡਾ ਨਾਲ ਜਾ ਜੁੜਦੀਆਂ ਉੱਥੋਂ ਦੇ ਗੈਂਗਸਟਰ ਅਰਸ਼ਦੀਪ ਸਿੰਘ ਗਿਲ ਏਲੀਅਸ ਤੱਲੇ ਨਾਲ ਇਹ ਜੋ ਸਾਰਾ ਕੁਝ ਹੋਇਆ ਇਹ ਸਾਰੇ ਕੁਝ ਦੇ ਪਿੱਛੇ ਇੱਕੋ ਹੀ ਗੈਂਗਸਟਰ ਦਾ ਹੱਥ ਹੈ ਤੇ ਉਸ ਦਾ ਨਾਮ ਹੈ ਅਰਸ਼ ਦੱਲਾ ਤੋ ਇਸ ਨੂੰ ਮੈਂ ਤੇ ਸਮਟ ਕਰਦਾ ਹੂੰ ਉਮੀਦ ਕਰਦਾ ਆਂ ਇਹ ਕ੍ਰਾਈਮ ਸੋਰੀ ਤੁਹਾਨੂੰ ਪਸੰਦ ਆਈ ਹੋਵੇਗੀ ਗੈਂਗਸਟਰਾਂ ਦੀ ਵੱਡੀ ਖੇਡ ਜਿਸ ਉੱਪਰ ਕੇ ਨਾਮ ਭਾਰਤ ਸਰਕਾਰ ਦਾ ਹਲੇ ਤੱਕ ਹੋ ਸਕਿਆ ਕਬਜਾ ਅਤੇ ਨਾ ਹੀ ਕੈਨੇਡਾ ਸਰਕਾਰ ਦਾ ਇਹ ਗੈਂਗਸਟਰ ਤਾਂ ਆਪਣੀ ਦੁਨੀਆ 'ਚ ਆਪ ਇਹ ਵਖਰੇ ਟਾਂਗ ਨਾਲ ਜੀ ਰਹਿਣ ਕਤਲ ਕਰ ਰਹਿਣ ਸੁਪਾਰੀਆਂ ਲੈ ਰਹਿਣ ਸੁਪਾਰੀਆਂ ਦੇ ਰਹੇ ਔਰ ਥਿਆਰ ਦੇ ਰਹੇ ਔਰ ਲੁੱਟਾਂ ਕਰਦੇ ਨੇ ਖੂਆ ਕਰਦੇ ਨੇ ਐਕਸਟਰਸ਼ਨ ਕਰਦੇ ਨੇ ਧਮਕੀਆਂ ਦੇਂਦੇ ਤੋਂ ਉਹ ਸਾਰਾ ਸਿਲਸਿਲਾ ਜਾਰੀ ਹੈ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਆਂ ਧੰਨਵਾਦ ਫਿਰ ਆਵਾਂਗੇ ਇੱਕ ਹੋਰ ਨਵੀਂ ਕੋਈ ਨਵੇਂ ਮੁੱਦੇ ਤੇ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ